ਜ਼ਿਲ੍ਹਾ ਸੰਗਰੂਰ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮਹਿਲਾ ਵੱਲੋਂ ਆਪਣੇ ਹੀ ਪਤੀ ਦੀ ਹੱਤਿਆ ਕਰਕੇ ਉਸਦੀ ਲਾਸ਼ 2 ਦਿਨ ਤੱਕ ਰਸੋਈ ਵਿੱਚ ਹੀ ਰੱਖੀ ਗਈ। ਇਸ ਤੋਂ ਬਾਅਦ ਉਸਦੇ ਪਤੀ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਜਦ ਸ਼ੱਕ ਪਿਆ ਅਤੇ ਜਦ ਘਰ ਦੇ ਆਸ ਪਾਸ ਬਦਬੂ ਫੈਲਣ ਲੱਗੀ ਤਾਂ ਪੁਲਿਸ ਨੇ ਲੋਕਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਘਰ ਵਿੱਚ ਦਾਖਿਲ ਹੋ ਕੇ ਲਾਸ਼ ਨੂੰ ਬਰਾਮਦ ਕਰ ਲਿਆ। ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਇਸ ਹੱਤਿਆ ਨੂੰ ਮ੍ਰਿਤਕ ਦੇ ਆਪਣੀ ਭਾਬੀ ਦੇ ਨਾਲ ਨਾਜਾਇਜ਼ ਸੰਬੰਧਾਂ ਦੇ ਨਾਲ ਜੋੜ ਕੇ ਵੇਖ ਰਹੀ ਹੈ। ਮ੍ਰਿਤਕ ਦੇ ਘਰ ਤੋਂ ਮਿਲੀ ਇੱਕ ਫੋਟੋ ਐਲਬਮ ਦੇ ਵਿੱਚ ਪੁਲਿਸ ਨੇ ਭਾਬੀ ਦਾ ਹੱਤਿਆਰਨ ਵੱਲੋਂ ਚਿਹਰਾ ਕਾਲਾ ਕੀਤੇ ਜਾਣ ਦਾ ਵੀ ਦਾਅਵਾ ਕੀਤਾ। ਖੂਨ ਜੇ ਦੀ ਹਨਾ, ਫਿਰ ਓਦੂ ਬਾਅਦ ਅਸੀਂ ਬੀਹ ਚ ਖੜਕੇ ਵੀ ਦੇਖਿਆ। ਬਸ ਜੀ ਇਹ ਰਹਿ ਰਹੇ ਸੀ 4-5 ਸਾਲ ਤੋਂ। ਇਹ ਮੈਨੂੰ ਲੱਗਦਾ ਲੈਂਟਰ ਲੁੱਟਰ ਦਾ ਕੰਮ ਸੀ ਜੀ। ਨਹੀਂ ਜੀ, ਇਹ ਤਾਂ ਨਹੀਂ ਅਸੀਂ ਦੇਖਿਆ ਕਦੇ। ਸੋਨੂੰ ਕੀ ਲੱਗਦਾ ਵੀ ਇਹਨੇ ਜਨਾਨੀ ਦਾ ਮਾਰਿਆ ਹੋਊਗਾ ਜਾਂ ਕਿਸ ਤਰ੍ਹਾਂ ਦਾ ਹੋ ਸਕਦਾ? ਨਹੀਂ ਜੀ, ਮੈਨੂੰ ਤਾਂ ਲੱਗਦਾ ਨਹੀਂ ਵੀ ਇਕੱਲੀ ਦਾ ਕੰਮ ਹੈ, ਵਿੱਚ ਹੈ ਹੱਥ ਕਿਸੇ ਦਾ। ਸਾਨੂੰ ਤਾਂ ਇਹੋ ਜਿਹੀ ਕੰਮ ਕਰਦੇ ਹਾਂ, ਉਹਦੇ ਨਾਲ ਅਸੀਂ 2 ਦਿਨ ਅਸੀਂ ਪੁੱਛਿਆ ਉਹਨਾਂ ਨੂੰ ਵੀ ਘਰਦਿਆਂ ਉਹਦਿਆਂ ਨੂੰ ਵੀ ਕਿੱਥੇ ਗਿਆ। ਸਾਨੂੰ ਕਹਿੰਦੇ ਵੀ ਬਾਹਰ ਇਹ ਕਿਸੇ ਨਾਲ ਮੋਟਰਸਾਈਕਲ 'ਤੇ ਚਲੇ ਗਿਆ। 3 ਦਿਨ ਅਸੀਂ ਪੁੱਛਦੇ ਰਹੇ ਜਾ ਕੇ ਘਰ, ਉਹ ਕਹਿੰਦੀ ਵੀ ਸਾਨੂੰ ਪਤਾ ਨਹੀਂਗਾ ਜੀ ਕਿੱਥੇ ਗਿਆ ਕਿੱਥੇ ਨਹੀਂ। ਉਹ ਅਸੀਂ ਫਿਰ 3ਰੇ ਦਿਨ ਇਹਦੇ ਚਾਚੇ ਦੇ ਮੁੰਡੇ ਨੂੰ ਬੁਲਾਇਆ ਜੀ, ਜਿਹੜੇ ਡੈਥ ਹੋਈ ਮੁੰਡੇ ਦੀ, ਉਹਦੇ ਚਾਚੇ ਦੇ ਮੁੰਡੇ ਨੇ ਫਿਰ ਸਾਨੂੰ ਦੱਸਿਆ, ਘਰ ਆਣ ਕੇ ਪੁੱਛਿਆ ਵੀ ਕਿੱਥੇ ਗਿਆ। ਕਹਿੰਦੀ ਵੀ ਮੈਨੂੰ ਤਾਂ ਪਤਾ ਨਹੀਂ। ਫਿਰ ਰਾਤ ਨੂੰ ਉਹਨੂੰ ਆਣ ਕੇ ਪੁੱਛਿਆ, ਉਹਨੂੰ ਇਹਨੇ ਦੱਸਿਆ ਵੀ ਆਹ ਗੱਲਬਾਤ ਹੋਈ ਆ। ਫਿਰ ਇਸ ਕਰਕੇ ਉਹਨੇ ਦਰਖਾਸਤ ਦਿੱਤੀ ਆਣ ਕੇ ਰਾਤ ਜੀ ਪੁਲਿਸ ਇੱਥੇ ਥਾਣੇ। ਫਿਰ ਉਹਨਾਂ ਨੇ ਪੁਲਿਸ ਥਾਣੇ ਵਾਲਿਆਂ ਨੇ ਜਾ ਕੇ ਗੇਟ ਖੋਲ੍ਹ ਕੇ ਵੇਖਿਆ, ਫਿਰ ਉਹਨਾਂ ਨੂੰ ਪਤਾ ਲੱਗਾ ਵੀ ਹਾਂ ਮਰਿਆ ਪਿਆ ਜੀ। ਬਸ ਇੰਨੀ ਗੱਲ ਆ ਜੀ। ਕਾਰਨ ਦਾ ਜੀ ਮੈਨੂੰ ਨਹੀਂ ਪਤਾ, ਅਸੀਂ ਤਾਂ ਚਲੋ ਕੰਮ ਕੁੰਮ ਕਰਦੇ ਸੀ ਉਹਨਾਂ ਨਾਲ ਜੀ, ਸਾਨੂੰ ਕਿਹੜਾ ਭੇਜ ਦਿੰਦੇ ਸੀ। ਸਾਨੂੰ 7 ਸਾਲ ਹੋ ਗਏ ਭਾਈ ਇਹਦੇ ਨਾਲ ਜੀ। ਨਾ ਜੀ, ਆਪਾਂ ਤਾਂ ਵੇਖਿਆ ਨਹੀਂ, ਐਵੇਂ ਕਿਉਂ ਕਹੀਏ ਜੀ। ਪਹਿਲਾਂ ਮੇਰੀ ਆਪਦੀਆਂ ਸਾਡੀਆਂ ਮਸ਼ੀਨਾਂ ਸੀਗੀਆਂ, ਮੁੜ ਕੇ ਅਸੀਂ ਆਹ ਕੰਮ ਜਿਹਾ ਬੰਦ ਹੋ ਗਿਆ ਵਿੱਚੋਂ, ਫਿਰ ਅਸੀਂ ਮਸ਼ੀਨ 1 ਕਰ ਲਈ ਵੀ ਅਸੀਂ ਘਰ ਵੱਧ ਘੱਟ ਆਉਂਦੇ ਨਹੀਂ। ਅਸੀਂ ਤਾਂ ਉਦੋਂ ਆਉਣੇ ਹਾਂ ਜਦੋਂ ਅਗਲੇ ਦੇ ਹਿਸਾਬ ਕਿਤਾਬ ਦੇਣਾ, ਬੰਦਿਆਂ ਦੀ ਲੇਬਰ ਦੇ ਪੈਸੇ ਪੂਗੇ ਹਿਸਾਬ ਕਿਤਾਬ ਕਰਕੇ। ਮੱਖਣ ਸਿੰਘ ਜੀ। ਇਹ ਇੱਥੇ ਜਿੱਦਾਂ ਕੋਈ ਮਹੱਲਾ ਹੈਗਾ ਲੋਕਲ ਸੰਗਰੂਰ ਦੇ ਵਿੱਚ, ਉੱਥੇ ਨਵਨੀਤ ਸਿੰਘ ਆਪਣੀ ਵਾਈਫ ਨਾਲ ਕਿਰਾਏ ਦੇ ਮਕਾਨ ਲੈ ਕੇ ਰਹਿੰਦਾ ਸੀਗਾ, ਅਤੇ ਜੋ ਸਾਡੇ ਸਾਹਮਣੇ ਗੱਲ ਆਈ ਉਹ ਪੁੱਛਣ ਤੋਂ, ਉਹਦੇ 'ਚ ਹੈ ਵੀ ਇਹਨਾਂ ਨੇ 1-2 ਦੀ ਰਾਤ ਨੂੰ ਆਪਣੇ ਘਰ ਵਾਲੇ ਦਾ ਜਿਹੜਾ ਮਰਡਰ ਕੀਤਾ ਸੂਹਾ ਮਾਰ ਕੇ ਬਰਫ਼ ਵਾਲਾ, ਅਤੇ ਡੈੱਡ ਬੋਡੀ ਨੂੰ ਉੱਥੇ ਲਗਾਉਂਦਾ ਸੀ ਇਹਨਾਂ ਨੇ। ਸੋ ਅੱਜ ਅਸੀਂ ਇਹਨੂੰ ਜਿਹੜਾ ਡੈੱਡ ਬੋਡੀ ਤੋਂ ਰਿਕਵਰ ਕਰਕੇ ਭੇਜ ਦਿੱਤੀ ਅਸੀਂ ਹਸਪਤਾਲ, ਅਤੇ ਅਸੀਂ 302 ਦਾ ਹਿਸਾਬ ਪਤਾ ਦੇਵਾਂਗੇ, ਅਤੇ ਤਫਤੀਸ਼ ਕਰਕੇ ਜਿਹੜੀ ਬਾਕੀ ਹਾਲਾਤ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ। ਇਹਨੂੰ ਇਹ ਜਿਹੜੀ ਵਾਈਫ ਨੂੰ ਸ਼ੱਕ ਸੀਗਾ, ਜਿਹੜਾ ਮੇਰਾ ਘਰ ਵਾਲਾ ਉਹਦੇ ਆਪਣੀ ਭਾਬੀ ਨਾਲ ਸੰਬੰਧ ਨੇ, ਅਤੇ ਅਸੀਂ ਇੱਕ ਉੱਥੋਂ ਐਲਬਮ ਬਰਾਮਦ ਕੀਤੀ ਹੈ ਉਹਦੇ 'ਤੇ ਇਹਨੇ ਵਾਕਈ ਜਿਹੜੀਆਂ ਇਹਦੀਆਂ ਜਿਹੜੀ ਜਠਾਣੀ ਲੱਗਦੀ ਇਹਦੀ, ਇਹਨੇ ਜਿੰਨੀਆਂ ਵੀ ਫੋਟੋਆਂ ਸੀ ਉਹ ਸਭ ਦੇ ਉੱਤੇ ਕਾਲੀ ਸ਼ਾਹੀ ਫੇਰੀ ਹੋਈ ਹੈ। ਸੋ ਉੱਥੋਂ ਇਹ ਗੱਲ ਸਾਫ਼ ਹੁੰਦੀ ਕਿ ਵਾਕਈ ਦੇ ਮਨ ਨਫ਼ਰਤ ਸੀ ਆਪਣੀ ਭਜਾਈ ਸੰਬੰਧੀ। ਸੋ ਇਹਨੇ ਉਸੇ ਰੰਜ ਵਿੱਚ ਕਿ ਸ਼ਾਇਦ ਇਹ ਸੰਬੰਧ ਨੇ ਮੇਰੇ ਜਠਾਣੀ ਨਾਲ, ਇਹਨੇ ਹਾਰ ਕੇ ਆਪਣੇ ਹਸਬੈਂਡ ਦਾ ਮਰਡਰ ਕੀਤਾ। ਹਾਂ ਜੀ, ਹੁਣ ਤੱਕ ਜੀ ਸਾਹਮਣੇ ਸਭ ਇਕੱਲੇ ਦਾ ਹੀ ਹੈ, ਇਹਨੇ ਹੁੰਦਾ ਨਾ ਬਰਫ਼ ਵਾਲਾ ਸੂਆ ਜਿਹੜਾ ਉਹ ਛਾਤੀ ਜਿਹਦੇ ਮਾਰ ਕੇ ਨੇ ਉਹ ਨਾਲ ਮਰਡਰ ਕੀਤਾ। ਇਹ ਤਾਂ ਹੁਣ ਤਫਤੀਸ਼ ਦਾ ਹਿੱਸਾ ਨਾ, ਇੱਥੋਂ ਕਰਾਂਗੇ ਪੁੱਛ ਕੇ ਫਿਰ ਪਤਾ ਲੱਗੂ ਕਿਉਂ ਰੱਖੀ ਇਹਨੇ। ਸੋ ਇਹਦੇ 'ਚ ਇਹ ਵੀ ਹੋ ਸਕਦਾ ਇਹਨੂੰ ਮੌਕਾ ਨਾ ਮਿਲਿਆ ਹੋਵੇ, ਕਿਉਂਕਿ ਡੈੱਡ ਬੋਡੀ ਨੂੰ ਕਰਨਾ ਬੜਾ ਔਖਾ ਸੀਗਾ, ਅਤੇ ਬਾਕੀ ਇਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ।
ਖੁਸ਼ਨੂਸੂਰਾਂ ਨੂੰ ਉੱਥੋਂ ਤਲਾਹ ਮਿਲੀ ਹੈ ਮੁਹੱਲੇ ਵਿੱਚੋਂ, ਬਾਕੀ ਦੇ ਇਹਦੇ ਜਿਹੜੇ ਵਾਰਸ ਵੀ ਆਏ ਲੜਕੇ ਦੇ ਉੱਥੋਂ ਪਤਾ ਲੱਗਾ। ਨਹੀਂ ਅਰੈਸਟ ਅਸੀਂ ਕਰਾਂਗੇ, ਅਰੈਸਟ ਕਰਾਂਗੇ ਅਸੀਂ ਜੀ, ਅੱਜ ਤਾਂ ਅਸੀਂ ਇਹਦੀ ਪੂਰੀ ਤਫਤੀਸ਼ ਕਰਕੇ ਪੜਤਾਲ ਕਰਕੇ ਫਿਰ ਗ੍ਰਿਫਤਾਰੀ ਕਰਾਂਗੇ। ਹਾਂਜੀ ਹਾਂ, ਜਨਾਨੀ ਅਸੀਂ ਗ੍ਰਿਫਤਾਰ ਤੋਂ ਬਾਹਰ ਹਾਂ ਜੀ, ਬਾਕੀ ਜਲਦੀ ਫੜ ਲਾਂਗੇ ਅਸੀਂ ਗ੍ਰਿਫਤਾਰ ਨੂੰ। ਥੈਂਕ ਯੂ। ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ। Audio